13 साल की लड़की दे नाल कर रहा, उसने उसकी जिंदगी बर्बाद कर दिती। उसकी माँ की भी वीडियो हैगी आ, लोड़ पैंदे उसका ना भी ले सकती हैं भी कौन आ वो। दूसरिया जनानिया के घर नाल गलत रिलेशन आ, तो उन्होंने सामने पहला आप कपड़िया तो बहर हों, फिर मैनू कपड़िया तो जबरदस्ती बहर करता आ, तो मेरे नाल जबरदस्ती करते। तो जी मेरी मंग ये आ जी, ये धार्मिक कपड़े पा के गलत काम करता है, छोटिया छोटिया बच्चियों के नाल भी गलत काम करता है, होरां दे नाल भी गलत काम करता है, उन्होंने सामने भी मेरे नाल गलत काम करता है, जबरदस्ती मेरे नाल करता है। संबंध है गलत जरबंदियों का संबंध है, उन्हें सामने आप नंगा होया, वह नंगी हो, मेरी कुड़ी नंगी करके सामने सामने वे रेप किया। मेरा नाम जी जगजीत कौर आ, मैं मोरो पिंड दे विच ब्याही आ। मेरे पति का नाम है निरंतर प्रकाश, डेरा कुलियां उर्फ मोरों। मैं अगे भी दरखास्त दित्ती सी, मेरे नाल बहुत अत्याचार होए सी, कुटमार कीती सी, उत्थे दरखास्त दित्ती सी अपरे, ते उत्थे किसे ने सुनवाई नहीं की हैगी, किसे ने साथ नहीं दिता हैगा। तो मैं सारे पिंड वालियां नूं दसदी हुंदी सी, ते किसे ने मेरा साथ नहीं दिता हैगा। मेरा पति आ, 13 साल की लड़की दे नाल कर रहा, उसने उसकी जिंदगी बर्बाद कर दिती। उसकी माँ की भी वीडियो हैगी आ, लोड़ पैंदे उसका ना भी ले सकती हैं भी कौन आ वो। हाँ जी, वह दूसरिया जनानिया के घर नाल गलत रिलेशन आ, तो उन्होंने सामने पहला आप कपड़िया तो बहर हों, फिर मैनू कपड़िया तो जबरदस्ती बहर करता आ, तो मेरे नाल जबरदस्ती करते। तो मैं उस तो अगे दस नहीं सकती की हों, तो मेरी इज्जत इन्हें तार तार कर दिती। हाँ जी, ये मैं जी परसनल सरकार नूं ये मंग करदी हाँ जी, ये हैगा तरखाण जाति दे, ते ये जाति सूचक शब्दां दे इस्तेमाल करदा आ। ਹੋਰ ਕੀ ਮੰਗ ਕੀਤੀ ਐਸਪੀ ਸਾਹਿਬ ਤੁਸੀਂ? ਤੇ ਸਾਨੂੰ ਇਨਸਾਫ ਦਿੱਤਾ ਜਾਵੇ। ਇਸ ਨੇ ਸੰਗਰਾਂਦ ਵਾਲੇ ਦਿਨ ਮੇਰਾ ਜਵਾੜਾ ਵੀ ਪਾੜ ਦਿੱਤਾ, ਮੇਰੇ ਬਹੁਤ ਅੰਦਰੂਨੀ ਸੱਟਾਂ ਲੱਗੀਆਂ, ਇਹਨੇ ਮੇਰੇ ਸਿਰ ਵਿੱਚ ਵੀ ਸੱਟਾਂ ਮਾਰੀਆਂ ਆ, ਬਾਲਾਂ ਤੋਂ ਫੜ ਕੇ ਘੜੀਸ ਕੇ ਕੁੱਟਿਆ, ਇਸ ਦੀ ਭੈਣ ਨੇ ਵੀ ਮੈਨੂੰ ਬਾਲਾਂ ਤੋਂ ਫੜ ਕੇ ਘੜੀਸ ਕੇ ਕੁੱਟਿਆ ਸੀਗਾ, ਹੀਲ ਵਾਲੀ ਜੁੱਤੀ ਦੇ ਨਾਲ ਮੈਨੂੰ ਕੁੱਟ ਕੇ ਘੜੀਸ ਕੇ ਕੁੱਟਿਆ ਸੀ। ਹੁਣ ਮੰਗ ਕੀ ਹੈ ਤੁਹਾਡੀ? ਮੇਰੀ ਮੰਗ ਇਹ ਆ ਜੀ, ਮੈਨੂੰ ਇਨਸਾਫ ਮਿਲੇ। ਮੇਰੇ ਮੁੰਡੇ ਨੂੰ ਵੀ ਇਹਨੇ ਬਹੁਤ ਕੁੱਟਿਆ ਸੀਗਾ, ਉਹ 'ਤੇ ਵੀ ਅੱਤਿਆਚਾਰ ਬਹੁਤ ਕਰਦਾ ਆ। ਮੇਰਾ ਨਾਮ ਜੀ ਜਗਜੀਤ ਕੌਰ ਆ, ਮੈਂ ਮੋਰੋ ਪਿੰਡ ਦੇ ਵਿੱਚ ਵਿਆਹੀ ਹਾਂ। ਮੇਰੀ 2015 ਦੇ ਵਿੱਚ ਮੈਰਿਜ ਹੋਈ ਸੀ, ਮੈਨੂੰ 5 ਸਾਲ ਹੋ ਗਏ ਅੱਤਿਆਚਾਰ ਸਹਿੰਦੇ ਨੂੰ। ਪਹਿਲਾਂ ਵੀ ਮੈਂ ਦਰਖਾਸਤ ਦਿੱਤੀ ਸੀਗੀ ਅਪਰੇ ਵਿੱਚ, ਅਤੇ ਪਹਿਲਾਂ ਕਿਸੇ ਨੇ ਸੁਣਵਾਈ ਨਹੀਂ ਕੀਤੀ ਹੈਗੀ, ਅਤੇ ਬਾਅਦ ਵਿੱਚ ਵੀ ਮੇਰੇ ਘਰਦਿਆਂ ਨੇ ਕਿਹਾ ਵੀ ਆਪਣਾ ਘਰ ਵਸਾ ਕੇ ਰੱਖ, ਜਿੱਦਾਂ ਆਪਣਾ ਘਰ ਵਸਾ ਹੋਵੇ, ਜੋ ਵੀ ਉੱਥੇ ਪਿੰਡ ਵਿੱਚ ਉੱਥੇ ਗਲਤ ਹੁੰਦਾ ਆ। ਅਸੀਂ ਇਹੀ ਮੰਗ ਕੀਤੀ, ਇਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ, ਵੀ ਕਿਸੇ ਵੀ ਧੀ ਭੈਣ ਦੇ ਨਾਲ ਗਲਤ ਨਾ ਹੋਵੇ, ਜਿਸ ਤਰ੍ਹਾਂ ਉਸ ਕੁੜੀ ਨਾਲ ਜਾਂ ਸਾਡੀ ਕੁੜੀ ਨਾਲ ਗਲਤ ਹੋਇਆ, ਇਸ ਤਰ੍ਹਾਂ ਸਾਨੂੰ ਇਨਸਾਫ ਦਿੱਤਾ ਜਾਵੇ। ਉਸ ਕੁੜੀ ਦਾ ਨਾਂ ਗੁਪਤ ਰੱਖਿਆ ਜਾਵੇ, ਉਹਨੂੰ ਸਾਹਮਣੇ ਨਾ ਲਿਆਂਦਾ ਜਾਵੇ, ਪਰ ਇਸ ਨੂੰ ਪਖੰਡੀ ਬਾਬੇ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਜਿਹੜੀ ਤੁਸੀਂ ਐਸ ਪੀ ਸਾਹਿਬ ਨੂੰ ਦਰਖਾਸਤ ਦਿੱਤੀ, ਉਹਦੇ ਵਿੱਚ ਕੀ ਮੰਗ ਕੀਤੀ? ਮੈਂ ਤੁਹਾਨੂੰ ਇਹ ਪੁੱਛਿਆ ਸੀ। ਅਸੀਂ ਉਹਦੇ ਵਿੱਚ ਇਹ ਮੰਗ ਕੀਤੀ ਵੀ ਸਾਡੀ ਕੁੜੀ ਨੂੰ ਪੂਰਾ ਇਨਸਾਫ ਦਿਓ। ਕੁੱਟਮਾਰ ਵੀ ਕੀਤੀ? ਕੁੱਟਮਾਰ ਕੀਤੀ ਹੈ, ਅਤੇ ਉਹ ਹੈਗਾ ਆ ਜਾਤੀ ਤਰਖਾਣ ਦਾ, ਸਾਡੀ ਕੁੱਟੀ ਕੁੜੀ ਅਨੁਸੂਚਿਤ ਜਾਤੀ ਦੀ ਹੈ, ਅਤੇ ਇਹਨੂੰ ਅਪਸ਼ਬਦ ਬੋਲਦਾ ਬਹੁਤ। ਅਤੇ ਇਹਦੇ ਵਿੱਚ ਹੋਰ ਕੀ ਦੋਸ਼ ਕੁੜੀ ਵੱਲੋਂ ਲਗਾਏ ਗਏ? ਉਹ 'ਚ ਲਿਖਿਆ ਵੀ ਗਲਤ ਜਨਾਨੀਆਂ ਨਾਲ ਸੰਬੰਧ ਆ। ਹਾਂਜੀ, ਇਹਦੇ ਗਲਤ ਜਨਾਨੀਆਂ ਨਾਲ ਸੰਬੰਧ ਹੈ, ਗਲਤ ਜਰਬੰਦੀਆਂ ਨਾਲ ਸੰਬੰਧ ਹੈ, ਉਹਨਾਂ ਸਾਹਮਣੇ ਆਪ ਨੰਗਾ ਹੋਇਆ, ਉਹ ਨੰਗੀ ਹੋਈ, ਮੇਰੀ ਕੁੜੀ ਨੂੰ ਨੰਗੀ ਕਰਕੇ ਸਾਹਮਣੇ ਉਹਦੇ ਨਾਲ ਰੇਪ ਕੀਤਾ। ਐਸ ਪੀ ਸਾਹਿਬ ਨੇ ਕੀ ਤੁਹਾਨੂੰ ਫਿਰ ਉਹਦੇ 'ਚ ਕੋਈ ਦਿੱਤਾ, ਕੋਈ ਭਰੋਸਾ, ਕੀ ਕਾਰਵਾਈ ਕੀਤੀ? ਹਾਂਜੀ, ਉਹ ਕਹਿੰਦੇ ਤੁਹਾਡਾ ਅਸੀਂ ਪੂਰਾ ਸਾਥ ਦੇਵਾਂਗੇ, ਸਾਡੇ ਨਾਲ ਬਰਾਬਰ ਖੜ੍ਹੇ ਆ। ਮੇਰਾ ਨਾਮ ਨਿਰੰਤਰ ਪ੍ਰਕਾਸ਼, ਮੈਂ ਡੇਰਾ ਕੁਲੀਆਂ ਮੋਰੋਂ ਵਿਖੇ ਸੇਵਾ ਕਰਦਾ ਪਿਛਲੇ ਬਹੁਤ ਸਾਰੇ ਸਾਲਾਂ ਤੋਂ। ਮੇਰੀ ਪਤਨੀ ਜਗਜੀਤ ਕੌਰ, ਉਹਦੀ ਮਾਂ ਉਹਦਾ ਘਰ ਨਹੀਂ ਵਸਣ ਦੇ ਰਹੀ ਇੱਥੇ। ਪਹਿਲਾਂ ਵੀ ਕਈ ਵਾਰੀ ਇਹ ਘਟਨਾਵਾਂ ਹੋਈਆਂ, ਪਰ ਉਹ ਮੇਰੇ ਨਾਲ ਬਹੁਤ ਪਿਆਰ ਕਰਦੀ ਆ, ਮੈਨੂੰ ਕੋਈ ਉਹਦੇ ਨਾਲ ਸ਼ਿਕਾਇਤ ਨਹੀਂ, ਉਹਨੂੰ ਮੇਰੇ ਕੋਲੋਂ ਕੋਈ ਸ਼ਿਕਾਇਤ ਨਹੀਂ। ਉਹਦੀ ਮਾਂ ਕੁਛ ਬੰਦਿਆਂ ਨਾਲ ਰਲ ਕੇ ਮੇਰੇ ਖਿਲਾਫ਼ ਬਲੈਕਮੇਲਿੰਗ ਦੇ ਪਰਪਜ਼ ਨਾਲ ਜਾਂ ਕੁਛ ਪੈਸੇ
ਦੀ ਡਿਮਾਂਡ ਦੇ ਹਿਸਾਬ ਨਾਲ ਨਕਲੀ ਵੀਡੀਓ ਬਣਾ ਕੇ ਲੋਕਾਂ ਨੂੰ ਭੇਜ ਰਹੀ ਹੈ। ਹਾਲੇ ਤੱਕ ਮੈਨੂੰ ਤਾਂ ਉਹ ਵੀਡੀਓ ਨਹੀਂ ਮਿਲੀ। ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਵੀਡੀਓ ਬਿਲਕੁਲ ਝੂਠੀ ਹੈ। ਉਹਦੇ ਵਿੱਚ ਇਹ ਸਾਰੀ ਕੰਪਿਊਟਰ ਨਾਲ ਬਣਾਈ ਗਈ ਹੈ। ਜੇਕਰ ਕਿਸੇ ਨੂੰ ਲੱਗਦਾ ਵੀ ਇਹ ਵੀਡੀਓ ਸੱਚੀ ਹੈ ਤਾਂ ਮੈਨੂੰ ਉਹ ਡੇਰੇ ਆ ਕੇ ਮਿਲ ਸਕਦਾ। ਮੈਂ ਬਿਲਕੁਲ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ। ਕੀ ਮੰਗ ਕੀ ਹੈ ਤੁਹਾਡੀ ਜੀ? ਮੇਰੀ ਮੰਗ ਇਹ ਆ ਜੀ, ਇਹ ਧਾਰਮਿਕ ਕੱਪੜੇ ਪਾ ਕੇ ਗਲਤ ਕੰਮ ਕਰਦਾ ਹੈ, ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਵੀ ਗਲਤ ਕੰਮ ਕਰਦਾ ਹੈ, ਹੋਰਾਂ ਦੇ ਨਾਲ ਵੀ ਗਲਤ ਕੰਮ ਕਰਦਾ ਹੈ, ਅਤੇ ਉਹਨਾਂ ਦੇ ਸਾਹਮਣੇ ਵੀ ਮੇਰੇ ਨਾਲ ਗਲਤ ਕੰਮ ਕਰਦਾ ਹੈ ਅਤੇ ਜ਼ਬਰਦਸਤੀ ਮੇਰੇ ਨਾਲ ਕਰਦਾ ਹੈ। ਕੀ ਮੰਗ ਕੀ ਹੈ ਤੁਹਾਡੇ ਪ੍ਰਸ਼ਾਸਨ ਤੋਂ? ਮੇਰੀ ਪ੍ਰਸ਼ਾਸਨ ਤੋਂ ਇਹ ਮੰਗ ਆ ਜੀ, ਬਈ ਤੁਸੀਂ ਆਪਣੀਆਂ ਧੀਆਂ ਭੈਣਾਂ ਨੂੰ ਡੇਰੇ ਵਿੱਚ ਨਾ ਭੇਜੋ। ਬਈ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਧੀਆਂ ਭੈਣਾਂ ਦੇ ਨਾਲ ਉਹਨਾਂ ਦੇ ਨਾਲ ਕੀ ਹੁੰਦਾ ਆ। ਬਾਕੀ ਜਿਹੜੇ ਮੈਨੂੰ ਪਿੰਡ ਦੇ ਵਿੱਚੋਂ ਧਮਕੀ ਦੇ ਕੇ ਕੱਢਿਆ ਸੀਗਾ ਅਤੇ ਇਹਨੇ ਕਿਹਾ ਸੀ ਸਮਾਨ ਲੈ ਕੇ ਤਿੱਤਰ ਹੋ ਜਾ, ਨਹੀਂ ਤਾਂ ਤੇਰੀਆਂ ਲੱਤਾਂ ਭੰਨ ਦੇਣੀਆਂ, ਤੋੜ ਦੇਣੀਆਂ। ਮੈਂ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ, ਉਹਨਾਂ ਦੀ ਸਹਿਮਤੀ ਦੇ ਨਾਲ ਆਈ ਹਾਂ। ਪਿੰਡ ਵਾਲਿਆਂ ਦਾ ਭਲਾ ਹੋਵੇ ਜਿਨ੍ਹਾਂ ਨੇ ਮੈਨੂੰ ਭੇਜਿਆ। ਮੈਂ ਉਹਨਾਂ ਦੇ ਮਜਬੂਰ ਕਰਨ 'ਤੇ ਮੇਰੇ ਘਰਦਿਆਂ ਨੂੰ ਫੋਨ ਕੀਤਾ ਸੀ ਵੀ ਲੈ ਜਾਓ ਮੈਨੂੰ। ਮੇਰੇ ਘਰਦੇ ਮੈਨੂੰ 21 ਤਰੀਕ ਦੇ ਲੈ ਆਏ ਆ, ਮੈਂ ਉਸ ਦਿਨ ਦੀ ਪੇਕਿਆਂ ਦੇ ਹਾਂ। ਤੁਹਾਡੀ ਇਹਨਾਂ ਮੁੜ ਕੇ ਗੱਲਬਾਤ ਹੋਈ ਫੋਨ 'ਤੇ ਬਈ? ਹਾਂਜੀ, ਨਹੀਂ ਜੀ ਗੱਲਬਾਤ ਨਹੀਂ ਹੋਈ ਸੀ। ਉਹਨੇ ਮੇਰੇ 'ਤੇ ਰਿਪੋਰਟ ਦਰਜ ਕੀਤੀ ਆ। ਕਿੱਥੇ ਰਿਪੋਰਟ ਦਰਜ ਕਰਵਾਈ ਆ? ਉਹ ਜੀ ਸਾਨੂੰ ਨਹੀਂ ਪਤਾ ਹੈਗਾ, ਉਹਨੇ ਔਨਲਾਈਨ ਦਰਜ ਰਿਪੋਰਟ ਕੀਤੀ ਆ। ਠੀਕ ਸਰ, ਮੋਰੋ ਪਿੰਡ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀਗੀ ਅਤੇ ਜਿਹੜਾ ਬਾਬਾ ਜੀ ਆ ਉਹਨਾਂ ਦੀ ਵਾਈਫ ਨੇ ਵੀ ਕੰਪਲੇਂਟ ਪੁਲਿਸ ਨੂੰ ਕੀਤੀ ਸੀਗੀ, ਉਹਦੇ ਵਿੱਚ ਕੀ ਕਾਰਵਾਈ ਕਰ ਰਹੇ? ਇਹ ਜਿਹੜੀ ਵੀਡੀਓ ਆ ਮੇਰੇ ਕੋਲ ਵੀ ਅੱਜ ਆਈ ਆ, ਇਹਦੇ ਬਾਰੇ ਜਿਹੜੀ ਅਸੀਂ ਇਨਕੁਆਇਰੀ ਕਰ ਰਹੇ ਹਾਂ ਅਤੇ ਇਨਕੁਆਇਰੀ ਕਰਕੇ ਜਿਹੜੇ ਲੜਕੀ ਆ ਉਹਦੇ ਮਾਂ ਪਿਓ ਵੀ ਬੁਲਾਏ ਆ। ਜੋ ਵੀ ਉਹ ਆਉਂਦੇ ਆ, ਜੋ ਬਿਆਨ ਦਿੰਦੇ ਆ, ਉਹਦੇ ਹਿਸਾਬ ਦੇ ਨਾਲ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ। ਉਹਦੀ ਵਾਈਫ ਨੇ ਜਿਹੜੀ ਕੰਪਲੇਂਟ ਅਲੱਗ ਕੀਤੀ ਹੋਈ ਹੈ ਜੀ, SSP ਸਾਹਿਬ ਨੂੰ ਕੰਪਲੇਂਟ ਦਿੱਤੀ ਸੀਗੀ, ਉਹ ਵੀ ਆ ਗਈ ਹੈ? ਉਹ ਵੀ ਕੰਪਲੇਂਟ ਸਾਡੇ ਕੋਲ ਆਈ ਆ। ਉਹਨੇ ਉਹਦੇ ਵਿੱਚ ਲਿਖਿਆ ਵੀ ਮੈਨੂੰ ਇਹਨੇ ਮਾਰ ਕੁੱਟ ਕੇ ਘਰੋਂ ਬਾਹਰ ਕੱਢਿਆ ਆ, ਉਹਦੇ 'ਚ ਇਹ ਮੈਟਰ ਆ। ਉਹ ਵੀ ਉਹਦੀ ਵੀ ਤਫਤੀਸ਼ ਚੱਲਦੀ ਹੈ। ਉਹਦੇ ਵਿੱਚ ਹੋਰ ਵੀ ਕਈ ਸੰਗੀਨ ਜਿਹੜੇ ਦੋਸ਼ ਲਾਏ ਆ ਕਿ ਡੇਰੇ ਦੇ ਉਹਦੇ ਨਾਲ ਗਲਤ ਹਰਕਤਾਂ ਕਰਦਾ ਰਿਹਾ ਹੋਰ ਲੋਕਾਂ ਦੇ ਸਾਹਮਣੇ। ਉਹਦੇ ਬਿਲਕੁਲ ਜਿਹੜੀ ਜੋ ਵੀ ਦਰਖਾਸਤ ਹੈਗਾ ਉਹਦੇ ਹਿਸਾਬ ਦੇ ਨਾਲ ਉਹਦੀ ਜਿਹੜੀ ਹੈਗੀ ਆ ਤਫਤੀਸ਼ ਚੱਲ ਰਹੀ ਹੈ। ਜੋ ਵੀ ਉਹਦੇ 'ਚ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ।